बिस्मिल्लाहिर्रहमानिर्रहीम। अस्सलाम वालेकुम, कैसे हैं सब? उम्मीद है कि आप सब खैरियत से होंगे, खुश माश होंगे। अल्लाह ताला आपको शाद आबाद रखे। जो दुख तकलीफ़ हैं उनसे अल्लाह ताला हम सबको अपनी रहमत करम फज़ल से निजात दे। इस दुआ के साथ आज के व्लॉग का करते हैं आगाज़, और आप सबको गुगलू वीर चैनल पर खुश आमदीद कहते हैं। क्या वो जी अज अम्मी जी तुसी करो सलाम दो। हां जी करो अम्मी जी। बिस्मिल्लाहिर्रहमानिर्रहीम। अस्सलामुअलैकुम मेरे वालों सारी मेरे भैन ते भरावां नूं अल्लाह पाक हमेशा तेरे खुश रखे। आवाज दे दुख तकलीफां अल्लाह पाक तेरे दूर करे, सारी जिंदगी च खुशियां ही खुशियां भर। आमीन आमीन सुमा आमीन। वीडियो शुरू करने तो पहले एक रिक्वेस्ट कि अगर तुसी गुगलू वीर चैनल नूं सबसक्राइब नहीं कीता तां सबसक्राइब कर लो, जिहड़ा बैल दा बटन नूं प्रेस कर लो ताकि सारी आने वाली हर वीडियो बर वक्त तुहानूं मिल सके। असीं आए हैं बाजी दे कोल ते हुण अम्मी जी को एंटर कराने हैं। अम्मी जी की बात करे, अम्मी जी दा माफी कर लो, अम्मी जी ते नानी लेकिन कदी कदी जिस दिन मूड च हुण फिर बहुत बोल लेंदे। हां जी इह गल मूड दी हुंदी है। अम्मी जी दी बेटी दे चैनल नूं ज्यादा तो ज्यादा ज्यादा तो ज्यादा बाजी दे चैनल नूं सब्सक्राइब। हां जी बाजी बहुत ज्यादा मेहनत करदे आ, भाई दे घर नहीं हुंदे, बच्चियां नूं भी संभालदे आ। इंतहाई सुगड, इंतहाई बा इखलाक और बाजी सारे भैणा ते माशाल्लाह घर नूं भी देखो किदां सुधार के रखे। सारे भैणा भरावां नाल भी असीं आए ते बाजी कपड़े सिलाई कर रहे थे। बहुत बाजी जिहड़ी है ना ठंडी तबीयत दी, व्यूअर्स भी बहुत ज्यादा तारीफ करदे। मतलब हाँ देखो ना मेरी छोटा हूं सारे इंट्रो करते तीन बंदे। चलो जी अल्लाह उन्होंने प्यार ही चाय बना रहे हैं, उन्होंने मोबाइल ते पिया सी। मैं चलो असी कोई बाजी ने मैंने कहा कि कलिया सी कहिंदी इंट्रो करो मैं आंदी। हाँ जी पता फिर थोड़े आन दे सामने कार सामने कर दी। मैं तो त्योहार बाहर ही बच्चे खेल, मैं उन्होंने कहा मैं खेलूँ। हाँ जी वो बच्चे शरारत करते आए अदनते ही बाहर जाके खड़ी साड़ी कार कहीं हाथ नहीं लाने। हाँ जी तो माशाल्लाह भाई तेरा ने वाकई घर बनाया वा, मतलब एक घर बनाना हर किसी को नहीं आता। फियाज मेरी कार सुन, ਇਹ ਸਿਆਣੇ ਆਂਦੇ ਨੇ ਵੀ ਘਰ ਬਣਾਉਂਦੀ ਵੀ ਔਰਤ ਹੈ, ਉਜਾੜਦੀ ਔਰਤ, ਬਰਬਾਦ ਵੀ ਔਰਤ ਕਰਦੀ ਹੈ। ਹਾਂਜੀ ਔਰਤ ਜਿਹੜੀ ਹੈ ਉਹੀ ਘਰ ਨੂੰ ਜੰਨਤ ਬਣਾਉਂਦੀ ਹੈ ਤੇ ਔਰਤ ਜਿਹੜੀ ਹੈ ਉਹੀ ਘਰ ਨੂੰ ਦੋਜ਼ਖ ਬਣਾਉਂਦੀ ਹੈ। ਬਿਲਕੁਲ ਸੱਚੀ ਗੱਲ, ਔਰਤ ਦੇ ਹੱਥ ਵਾਸਤੇ ਹੁੰਦਾ ਭਾਵੇਂ ਦੋਜ਼ਖ ਬਣਾ ਲਵੇ ਤੇ ਭਾਵੇਂ ਜੰਨਤ ਬਣਾ ਲਵੇ। ਹੁਣ ਦੇਖ ਲਓ ਜਿਸ ਟਾਈਮ ਭਾਈ ਆ ਸ਼ਾਦੀ ਤੋਂ ਬਾਅਦ ਸਾਰਾ ਕੁਝ ਹੋਇਆ ਤੇ ਬਾਜੀ ਨੇ ਮਤਲਬ ਕਿ ਇਹਦੇ ਕੋਲ ਪੁੱਛੀ ਇਹਦੇ ਵਿੱਚ ਹਾਸੇ ਵਾਲੀ ਗੱਲ ਕਰਦਾ। ਅੱਲਾਹ ਦਾ ਸ਼ੁਕਰ ਮੈਂ ਵੀ ਬੁਲਾਇਆ। ਅੱਲਾਹ ਦਾ ਸ਼ੁਕਰ ਹੈ, ਅੱਲਾਹ ਦਾ ਸ਼ੁਕਰ ਹੈ ਬਈ। ਮੁੰਡੇ ਨਾਲ ਮੁੰਡਾ ਨਹੀਂ ਮੁੰਡੇ ਨਾਲ ਮੁੰਡਾ ਜੋ ਹੈ ਬਿਲਕੁਲ ਸਾਹਿਬ ਬੈਨ ਭਾਈਆਂ ਦੇ ਬਣ ਗਏ ਆ ਬਈ। ਸਮੈਰਾ ਨੇ ਵੀ ਹੁਣ ਸਟਾਰਟ ਕਰਵਾ ਦੇਣਾ ਸਰਦੀਆਂ ਤੋਂ ਬਾਅਦ ਇਨਸ਼ਾਅੱਲਾ। ਇਨਸ਼ਾਅੱਲਾ ਹਾਂਜੀ ਇਨਸ਼ਾਅੱਲਾ ਉਹਨਾਂ ਨੇ ਸਟਾਰਟ ਕਰਵਾਉਣਾ। ਉਹਨਾਂ ਦੀ ਹੈ ਸੀ ਹੁਣ ਮੋੜ ਵੀ ਪ੍ਰੋਗਰਾਮ ਵੀ ਸ਼ੁਰੂ ਕਰਵਾ ਦੇਗੇ ਚਾਚਾ ਜੀ ਵਾਲਾ। ਹਾਂਜੀ ਫਿਰ ਚਾਚੂ ਜੀ ਹੁਣ ਆਲਾ ਫਿਰ ਉਹ ਬਣ ਗਏ ਨਹੀਂ ਤੇ ਉਹਨਾਂ ਨੇ ਕਰਵਾ ਦੇਣਾ ਸੀ ਸ਼ੁਰੂ। ਆ ਦੇਖ ਲਓ ਜੀ ਆ ਹੁਣ ਬੱਚਿਆਂ ਨੇ ਸਿਰਫ ਇਹ ਕੀਤਾ ਵਾ ਕੰਮ, ਨਹੀਂ ਤਾਂ ਬਾਜੀ ਨੇ ਦੇਖ ਲਓ ਕਿਸ ਤਰ੍ਹਾਂ ਜਦੋਂ ਮਾਈਵਾ ਹੋਈ ਸੀ ਤੇ ਕਬੀਰ ਹੋਈ ਸੀ ਨਾ ਬਾਜੀ ਦੀ ਆਦਤ ਹੈ ਮੇਰੇ ਵਾਲੀ, ਇੱਥੇ ਬਾਜੀ ਨੇ ਮੁਰਗੀਆਂ ਰੱਖੀਆਂ ਸੀ ਡਿਸਪਲਿਨ ਨਾਲ ਰਹਿੰਦੀ ਹੈ ਬਾਜੀ ਹਰ ਚੀਜ਼ ਨੂੰ ਉਹਦੇ ਥਾਂ ਤੇ। ਬਾਜੀ ਨੇ ਉਹਨਾਂ ਦੀ ਜਾ ਕੇ ਉਹ ਗੈਸਟ ਰੂਮ ਚੈੱਕ ਕਰ ਲਓ ਜਾਂ ਦੂਸਰੇ ਰੂਮ ਸਾਰੇ ਚੈੱਕ ਕਰ ਲਓ, ਮਤਲਬ ਚਮਕਾ ਕੇ ਤੇ ਐਸੀ ਸੈਟਿੰਗ ਕੀਤੀ ਹੋਈ ਹੈ ਨਾ। ਹੁਣ ਸਾਡੀ ਦੋਵਾਂ ਜੀਆਂ ਦੀ ਵੀ ਇਹੀ ਆਦਤ ਹੈ ਹਰ ਚੀਜ਼ ਨੂੰ ਉਹਦੇ ਥਾਂ ਤੇ ਰੱਖਣਾ। ਸਹੀ ਅਸਲ 'ਚ ਪਤਾ ਕੀ ਹੈ ਭਾਈ, ਬਾਈ ਤੇਰਾ ਨਾ ਮਤਲਬ ਚੌਂਡ ਰੱਖਦੀ ਹੈ ਨਾ ਇਸ ਕੰਮ ਦੀ ਤੇ ਅੰਮੀ ਜੀ ਅੱਜ ਬੜੇ ਖੁਸ਼ ਨੇ। ਅੱਜ ਅੰਮੀ ਜੀ ਆਪਣੀ ਬੇਟੀ ਨੂੰ ਖੁਦ ਲੈ ਕੇ ਜਾ ਰਹੀ, ਪਹਿਲੀ ਤਾਂ ਫਿਰ ਅੰਮੀ ਮੇਰੇ ਖਿਆਲ ਲੈ ਕੇ ਜਾ ਰਹੀ ਹੈ ਤੁਸੀਂ। ਹਾਂਜੀ ਚਲੋ ਅੱਜ ਅੰਮੀ ਦਾ ਅੰਮੀ ਲੈ ਕੇ ਜਾ ਰਹੀ। ਹਾਂਜੀ ਬਾਜੀ ਮੈਂ ਨਾ ਬਾਰਿਸ਼ ਪੈ ਰਹੀ ਸੀ ਜਦੋਂ ਮੈਂ ਮਕਲਾਵਾ ਲੈ ਕੇ ਗਿਆ ਸੀ, ਅਸੀਂ ਡਿੱਗਣਾ ਵੀ ਬਚਿਆ ਸੀ, ਤੁਸੀਂ ਉੱਤਰ ਗਏ ਸੀ ਮੋਟਰਸਾਈਕਲ ਤੇ ਮੈਂ ਤਿਲਕ ਤੇ ਗਿਆ ਸੀ। ਉਹ ਤਾਂ ਪਾਟੇ ਪਹੁੰਚੀ ਵਾਲਾ ਸੂਟ ਪਿਆ ਸ਼ਾਦੀ ਤੇ ਪਾਇਆ ਸੀ ਨਾ ਥੱਲੇ, ਮਤਲਬ ਉਹ ਰੱਖਿਆ ਵਾ
ਤੇ ਪਤਾ ਕਿ ਮੈਨੂੰ ਹਜੇ ਤੱਕ ਪੂਰਾ ਯਾਦ ਆ ਪਰ ਬਿਆਸੀਆ ਨੂੰ ਵੀ ਮੈਂ ਨਾ ਇੱਕ ਦਫਾ ਮਾਮੂ ਹੁਣਾਂ ਤੇ ਲੈ ਕੇ ਜਾ ਰਿਹਾ ਸੀਗਾ ਉਹ ਪੱਕੀ ਜਿਹੜੀ ਇੱਧਰੋਂ ਨਹਿਰ ਨਾਲ ਉਹ ਤੋਂ ਅਸੀਂ ਡਿੱਗ ਗਏ ਸੀ ਮਾਸ਼ਾਅੱਲਾ ਬਾਜੀ ਦਾ ਘਰ ਦੇਖ ਲਓ ਬਾਜੀ ਨੇ ਕਿਸ ਤਰ੍ਹਾਂ ਘਰ ਬਣਾਇਆ ਹੋਇਆ ਉਹ ਲਓ ਜੀ ਆ ਗਈ ਚਾਹੇ ਸਾਡੀ ਅਸੀਂ ਦੱਸ ਰਹੇ ਸੀ ਭੈਣ ਭਾਈਆਂ ਨੂੰ ਕਿ ਬਾਜੀ ਨੇ ਘਰ ਦੇਖ ਲਓ ਬਣਾਇਆ ਚਮਕਾਇਆ ਹੋਇਆ ਮੈਂ ਕਿਹਾ ਅਸੀਂ ਤਾਂ ਬਸ ਜਿਹੜਾ ਹੈ ਨਾ ਸਾਡੇ ਤਾਂ ਬਿਸਤਰਾ ਵੀ ਇਕੱਠਾ ਕਰਨ ਵਾਲਾ ਸੀ ਜਦੋਂ ਅਸੀਂ ਆਏ ਹਾਂਜੀ ਮੈਂ ਪੀਣੀ ਸੀਗੀ ਕਿ ਤੁਸੀਂ ਮੈਨੂੰ ਇੱਕ ਇੰਟਰੋ ਕਿਹਾ ਸੀ ਤੇ ਮੈਂ ਕਈ ਪੁਆਤੀਆਂ ਦੇਖ ਲਓ ਮੈਂ ਕਿਹਾ ਭੈਣ ਬਾਈ ਕੀ ਕਹਿਣਗੇ ਵੀ ਤੁਸੀਂ ਸਾਰੇ ਇੰਟਰੋ ਤੇ ਸ਼ੁਰੂ ਹੋ ਗਏ ਹਾਸਾ ਤਾਂ ਆਉਂਦਾ ਹੀ ਹੈ ਨਾ ਸੁਣਨ ਲੱਗਿਆ ਲੇਕਿਨ ਮੈਨੂੰ ਸਭ ਤੋਂ ਪਿਆਰੀ ਇੰਟਰੋ ਆਪਣੀ ਅੰਮੀ ਦੀ ਹੈ ਹਾਂਜੀ ਪੀਵੋ ਚਾ ਬੇਟਾ ਕਿੰਨਾ ਮਿਸ ਕਰਦੀ ਹੈ ਪਿਆਸ ਲਾਈਏ ਤੇ ਅੱਬੂ ਨੂੰ ਲੈ ਕੇ ਗੰਨੇ ਲਵਾਓ ਜਿਹੜੇ ਮਾਮੂ ਨੇ ਲਿਆਂਦੇ ਸੀ ਮੈਨੂੰ ਲਾਲ ਬੀਜ ਕੇ ਦੋ ਅੱਬੂ ਨੂੰ ਬੀਜ ਦਿੱਤੇ ਉਹਨੇ ਕਹਿੰਦੇ ਗੰਨੇ ਮੁੱਲ ਬੀਜ ਲੈਣ ਦੋ ਅੱਬੂ ਜੀ ਨੀ ਤਾਂ ਤੁਹਾਡਾ ਭਰਾ ਨਹੀਂ ਬਣਦਾ ਬਾਜੀ ਨੇ ਗੱਲ ਕੀਤੀ ਕਹਿੰਦੀ ਉਮਰ ਬਹੁਤ ਅਦਾਸ ਹੋਇਆ ਵਾ ਤੇ ਅੱਜ ਨੂੰ ਜਾ ਕੇ ਲਾ ਦਿਓ ਤੇ ਇਹ ਤਾਂ ਚੱਕਰ ਲਾਣ ਗਿਆ ਸੋ ਵੀ ਬਾਈ ਦਾ ਫੋਨ ਆਇਆ ਸੀ ਕਹਿੰਦਾ ਅਸੀਂ ਤਾਂ ਵੱਧ ਗਿਆ ਅਸੀਂ ਤੁਹਾਡੇ ਪਾਸੇ ਵੀ ਨੀ ਆ ਸਕਦੇ ਚਾਹ ਦਾ ਕੱਪ ਵੀ ਤੇ ਵੀ ਇੱਕ ਦਫਾ ਉਹਨੂੰ ਚੈੱਕ ਕਰਵਾਉਣ ਲਾਜ਼ਮੀ ਸੀ ਜੇ ਠੀਕ ਨਾ ਹੋਇਆ ਤਾਂ ਹਾਂ ਸਲਾਮ ਕਿਧਰੋਂ ਸ਼ੁਰੂ ਕਰਨਾ ਸਲਾਮ ਸ਼ੁਰੂ ਕਰ ਬਸ ਸਾਰਿਆਂ ਨੇ ਇੱਕ ਵਾਰੀ ਸਲਾਮ ਖਲੋ ਕੇ ਕਹਿ ਦਿੱਤੇ ਬਸ
अच्छी लगी तो लाइक करियो, शेयर करियो, समझियो, ज्यादा तरह सुनने वाले रब का खाला।